अस्सलाम वालेकुम। सियाने कहिंदे आ वी पुत लै गए गलीचियां वाले ते दुध लै गए पीपियां वाले। पिछले 12 सालां दे विच ना सिर्फ साडे पंजाब दा 17 लख एकड़ ज़रई रकबा अकलूनियां दे राही टप गया, कोई बंदा नहीं बोलिया। फिर उहदा नुकसान देख लो भी कित्थे सी। 2006 ते 7 विच कणक भी बाहर भेजदे सी, चौल भी बाहर भेजदे सी, हुण साडी अपनी पूरी नहीं पैंदी। साडे मुलक दी इह पैदावार आ ते साडे गरीबां नूं लैणी औखी उहनां दे वस तों बाहर होई पई है, पर किसे नूं कोई अहसास नहीं। जिहड़े कहिंदे ना माफिया आ दफ्तरां च बैठे ते मिलां च भी, इह सिर्फ किसान दा मसला ना मेरा पुत, इह आउण वाली नसलां दा मसला, असीं पछतावांगे। इह मिलां भी किसान दे सिर ते चलदियां। जे गन्ना ना होवे ते शुगर मिल नहीं चलदी, कपाह ना होवे ते कपड़े दी मिल नहीं चलदी, मक्की ना होवे फीड मिल नहीं चलदी, कणक ना होवे ते फलोर मिल नहीं चलदी। हांजी, चौल जिहड़े आ इह तेरे शैलर नूं इही चलांदे। ਇਹ ਬਗੈਰ ਕਿਸਾਨ ਤੋਂ ਤੁਸੀਂ ਵੀ ਕੁਛ ਨਹੀਂ ਹੈਗੇ। ਫਿਰ ਜਿੱਦਾਂ ਜਿੱਦਾਂ ਹੁਕਮਰਾਨ ਆਉਂਦੇ ਉਹ ਵੱਧ ਤੋਂ ਵੱਧ ਸਾਨੂੰ ਪਿਛਾਂ ਤੋਂ ਪਿਛਾਂ ਲੈ ਕੇ ਗਏ। ਕਿਸੇ ਬੰਦੇ ਨੇ, ਅਸੀਂ ਜਦੋਂ ਤੱਕ ਮਿੱਟੀ ਨਾਲ ਜੁੜੇ ਰਹੇ ਹਾਂ ਨਾ, ਅਸੀਂ ਬਚੇ ਰਹੇ ਹਾਂ, ਸਾਨੂੰ ਖੈਰ ਸੱਲਾ ਰਹੀ ਹੈ। ਜਾਂ ਅਸੀਂ ਮਿੱਟੀ ਤੋਂ ਪਿਛਾਂ ਹਟੇ ਹਾਂ, ਅਸੀਂ ਰੁਲ ਗਏ। ਨਾ ਕੋ ਹੁਕਮਰਾਨ ਮੁਖਲਸ, ਨਾ ਕੋ ਅਦਾਰੇ ਮੁਖਲਸ, ਅਤੇ ਨਾ ਅਸੀਂ ਆਪ ਮੁਖਲਸ, ਅਤੇ ਹਾਲਾਤ ਹੁਣ ਇੱਥੇ। ਤੂੰ ਹੁਣ ਹਾਲਾਤ ਦੇਖ ਲਾ, ਅਤੇ ਹਕੂਮਤ ਕਹਿੰਦੀ ਆ ਅਖੇ ਕਿਸਾਨਾਂ ਨੂੰ ਸਬਸਿਡੀ ਦੇਵਾਂਗੇ। ਕੀ ਗੱਲ, ਅਸੀਂ ਅੰਨੇ ਹਾਂ? ਸਾਨੂੰ ਦੇਖਦਾ ਨਹੀਂ ਵੀ ਕਿੱਥੋਂ ਦਉਂਗੇ ਤੁਸੀਂ ਸਬਸਿਡੀ। ਉਹ ਖਾਦ ਤਾਂ ਤੁਸੀਂ ਸਸਤੀ ਕਰਾ ਨਹੀਂ ਸਕੇ, ਉਹ ਡਬਲ ਰੇਟ 'ਤੇ ਤੁਰਨੀ ਜਾਂਦੇ, ਅਤੇ ਉਹ ਸਬਸਿਡੀ ਤੁਸੀਂ ਦਉਂਗੇ? ਇਹ ਤਾਂ ਉਹ ਹਿਸਾਬ ਆ, ਕੋਈ ਬੰਦਾ ਨਾ ਰਕਸ਼ੇ 'ਚ ਆ ਕੇ ਬਹਿ ਗਿਆ ਨੰਗਾ, ਅਲਫ ਨੰਗਾ ਬਗੈਰ ਕੱਪੜਿਆਂ, ਅਤੇ ਉਹ ਕਹਿੰਦਾ ਮੈਨੂੰ ਅਗਲੇ ਚੌਕ 'ਚ ਲਾ ਦੀ। ਉਹ ਡਰਾਈਵਰ ਹੁਣ ਉਹਦੇ ਵੱਲ ਦੇਖੀ ਜਾਵੇ, ਉਹ ਕਹਿੰਦਾ ਚਲਾਉਂਦਾ ਨਹੀਂ, ਤੂੰ ਮੇਰੇ ਵੱਲ ਦੇਖੀ ਜਾਣਾ। ਉਹ ਕਹਿੰਦਾ ਯਾਰ ਮੈਂ ਦੇਖਦਾ ਤੇ ਹਾਂ ਵੀ ਤੈਨੂੰ ਅਗਲੇ ਚੌਕ 'ਚ ਤਾਂ ਮੈਂ ਲਾ ਦਿੰਦਾ, ਵੀ ਨਾ ਤਾਂ ਤੂੰ ਕੱਪੜੇ ਪਾਏ ਹੱਥ ਵੀ ਤੇਰੇ ਖਾਲੀ, ਤੂੰ ਮੈਨੂੰ ਕਿਰਾਇਆ ਕਿੱਥੋਂ ਕੱਢ ਕੇ ਦੇਵੇਂਗਾ?